ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ, ਚੈਨਲਾਂ ਤੇ ਖਬਰਾਂ ਚੱਲ ਰਹੀਆਂ ਨੇ, ਅਖਬਾਰਾਂ 'ਚ ਖਬਰਾਂ ਚੱਲ ਰਹੀਆਂ ਨੇ, ਔਰ ਜ਼ਿਲ੍ਹਿਆਂ ਦੇ ਅੰਦਰ ਡਿਪਟੀ ਕਮਿਸ਼ਨਰ SSP ਸਾਹਿਬਾਨਾਂ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਤੇ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਇਸ ਵਾਰੀ ਪਰਾਲੀ ਨੂੰ ਅੱਗ ਲਾਓਗੇ ਤਾਂ ਫਿਰ NGT ਬਹੁਤ ਸਖ਼ਤ ਹੈ, ਐਤਕੀ ਕਾਰਵਾਈ ਹੋਏਗੀ, ਪਰਚੇ ਦਰਜ ਹੋਣਗੇ। ਅਖਬਾਰਾਂ 'ਚ ਵੀ, ਚੈਨਲਾਂ 'ਤੇ ਵੀ ਇਹ ਕਿਹਾ ਜਾ ਰਿਹਾ ਕਿ ਰੈਡੈਂਟਰੀਆਂ ਹੋਣਗੀਆਂ, ਹਸਲਾ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ, ਰੀਨਿਊ ਨਹੀਂ ਕੀਤੇ ਜਾਣਗੇ, ਨਵੇਂ ਨਹੀਂ ਬਣਾਏ ਜਾਣਗੇ, ਇਹ ਗੱਲਾਂ ਕਹੀਆਂ ਜਾ ਰਹੀਆਂ। ਤਾਂ ਮੇਰੀ ਬੇਨਤੀ ਇਹ ਹੈ ਸਾਡੀ ਮਾਣਯੋਗ ਪੰਜਾਬ ਦੀ ਸਰਕਾਰ ਨੂੰ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਪਸ਼ਟ ਕਰ ਦਈਏ ਕਿ ਸਾਡਾ ਪਰਪਜ ਇਹ ਨਹੀਂ ਹੈ ਕਿ ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰੀਏ ਵੀ ਅੱਗ ਲਾਓ, ਪਰ ਸਾਡਾ ਪਰਪਜ ਇਹ ਹੈ ਕਿ ਬਈ ਇੱਕ ਗੱਲ ਦੱਸਿਓ, ਪਿਛਲੇ ਦਿਨਾਂ ਦੇ ਵਿੱਚ ਲਗਭਗ 2-2.5 ਮਹੀਨੇ ਪਹਿਲਾਂ ਇੱਕ ਦਿੱਲੀ ਦੇ ਅੰਦਰ ਸੈਮੀਨਾਰ ਹੁੰਦਾ ਹੈ, ਉਸ ਸੈਮੀਨਾਰ ਦੇ ਅੰਦਰ NGT ਦਾ ਜੱਜ, ਸਿਟਿੰਗ ਜੱਜ, ਇਹ ਕਹਿ ਕੇ ਜਾ ਰਹੇ ਨੇ ਕਿ ਪੰਜਾਬ ਦਾ ਧੂੰਆਂ ਕਿਸੇ ਕੀਮਤ ਦੇ ਉੱਤੇ ਦਿੱਲੀ ਆ ਹੀ ਨਹੀਂ ਸਕਦਾ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹਵਾ ਦੀ ਸਪੀਡ ਬਹੁਤ ਘੱਟ ਹੁੰਦੀ ਹੈ ਤੇ ਜ਼ਿਆਦਾਤਰ ਦਿੱਲੀ ਵੱਲ ਨੂੰ ਹਵਾ ਕਦੇ ਚੱਲਦੀ ਵੀ ਨਹੀਂ, ਇਹ ਕਿਹਾ ਉਹਨਾਂ ਨੇ। ਔਰ ਇਹ ਇੱਕ ਵਾਰੀ ਇਹਨਾਂ ਨੇ ਨਹੀਂ ਕਿਹਾ, ਇਸ ਤੋਂ ਪਹਿਲਾਂ ਵੀ ਇਹ ਚਰਚਾਵਾਂ ਹੋ ਚੁੱਕੀਆਂ ਨੇ, ਅਸੀਂ ਵਾਰ ਵਾਰ ਬੇਨਤੀਆਂ ਕਰ ਚੁੱਕੇ ਹਾਂ, ਲੇਕਿਨ ਸਾਡੀ ਗੱਲ ਦਾ ਅਸਰ ਨਹੀਂ ਹੋ ਰਿਹਾ। ਉਹ ਘੱਟੋ ਘੱਟ ਜੱਜ ਦੀ ਗੱਲ ਦਾ ਅਸਰ ਕਰ ਲਏ ਸਰਕਾਰ, ਜਿਹੜੇ NGT ਦੀਆਂ ਗੱਲਾਂ ਕੀਤੀਆਂ ਉਸੇ NGT ਦਾ ਜੱਜ ਕਹਿ ਰਿਹਾ ਕਿ ਬਿਲਕੁਲ ਪੰਜਾਬ ਦਾ ਧੂੰਆਂ ਨਹੀਂ ਜਾਂਦਾ। ਦੂਸਰੀ ਜਿਹੜੀ ਗੱਲ ਹੈ ਬਈ, NGT ਦੇ ਫੈਸਲਿਆਂ ਮੁਤਾਬਕ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਮੁਤਾਬਕ, ਜੇ ਪੰਜਾਬ ਸਰਕਾਰ, ਹਰਿਆਣਾ ਸਰਕਾਰ, UP ਸਰਕਾਰ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦੀ, ਉਹ ਭਾਈ ਕਿਸਾਨਾਂ ਦੇ ਉੱਤੇ ਰਾਸ਼ਨ ਲੈ ਕੇ ਚੜ ਜਾਂਦੇ ਹੋ ਕਿ ਤੁਹਾਨੂੰ ਐਂ ਨਹੀਂ ਕਰਨ ਦਿੱਤਾ ਜਾਏਗਾ। ਪਲੀਜ਼ ਜਾਣ ਦਿਓ, ਕਿਸਾਨਾਂ ਨੂੰ ਮਾਰੋ ਨਾ, ਕਿਸਾਨਾਂ ਦਾ ਦਰਦ ਪਹਿਚਾਨਣ ਦੀ ਕੋਸ਼ਿਸ਼ ਕਰੋ। ਮੈਂ ਪੁੱਛਣਾ ਚਾਹੁੰਦਾ ਸਾਡੀ ਮਾਨਯੋਗ ਸਰਕਾਰ ਨੂੰ, ਸਾਡੇ ਆਫੀਸਰ ਸਾਹਿਬਾਨਾਂ ਨੂੰ, ਸਾਡੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ, ਕਿ ਤੁਹਾਡੀ ਐਗਰੀਕਲਚਰ ਯੂਨੀਵਰਸਿਟੀ ਦੀ ਕਿਤਾਬ ਬੜਾ ਕਲੀਅਰ ਕੱਟ ਫੈਸਲਾ ਦਿੰਦੀ ਹੈ, ਸੰਦੇਸ਼ ਦਿੰਦੀ ਹੈ ਕਿ ਜੇਕਰ ਝੋਨੇ ਦੀ ਫਸਲ ਦੇ ਉੱਤੇ ਕਿਸੇ ਕਾਰਨ ਕੋਈ ਉੱਲੀ ਦੀ ਬਿਮਾਰੀ ਆ ਗਈ ਤਾਂ ਉਹ ਮਿੱਟੀ ਦੇ ਵਿੱਚ ਅੱਗੇ ਚਲੀ ਜਾਣੀ ਹੈ, ਜੇਕਰ ਵਿੱਚੇ ਉਹਨੂੰ ਵਾਹਤਾ ਤੇ ਭਵਿੱਖ ਦੇ ਵਿੱਚ ਉਹ ਬਿਮਾਰੀ ਨੇ ਫਿਰ ਫਸਲ ਤੇ ਆਉਣਾ ਹੈ। ਇਹ ਤੁਹਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕਿਤਾਬ ਕਹਿੰਦੀ ਹੈ। ਉਹਦੇ 'ਚ ਕਈ ਥਾਈਂ ਇਹ ਕਿਹਾ ਕਿ ਪਰਾਲੀ ਨੂੰ, ਉਹਨਾਂ ਬੂਟਿਆਂ ਨੂੰ ਸਾੜ ਦਿਓ, ਜਲਾ ਦਿਓ, ਡਿਸਟਰਾਏ ਕਰ ਦਿਓ, ਇਹ ਵੀ ਕਿਹਾ। ਤੇ ਜੇ ਇਹ ਗੱਲਾਂ ਨੇ ਤਾਂ ਫਿਰ ਤੁਸੀਂ ਮੈਨੂੰ ਦੱਸੋ ਇਹਦਾ ਹੱਲ ਕੀ ਹੈ। ਇੱਕ ਅਗਲੀ ਗੱਲ, ਪਿਛਲੀ ਵਾਰੀ ਸਾਡੇ ਕਿਸਾਨਾਂ ਨੇ ਸਰਕਾਰ ਨੂੰ ਲਗਾਤਾਰ ਬੇਨਤੀਆਂ ਕੀਤੀਆਂ, ਅਪੀਲਾਂ ਕੀਤੀਆਂ, ਔਰ ਇਹ ਕਿਹਾ ਕਿ ਐਗਰੀਕਲਚਰ ਡਿਪਾਰਟਮੈਂਟ ਵਾਲੇ, ਐਗਰੀਕਲਚਰ ਯੂਨੀਵਰਸਿਟੀ ਵਾਲੇ ਹੁਣ ਕਿੱਥੇ ਗਏ ਨੇ, ਜਿਹੜੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਵਿੱਚੇ ਸੰਭਾਲਿਆ,
ਉੱਥੇ ਸੁੰਡੀ ਪਈ ਆ ਸੁੰਡੀ, ਉਦੋਂ ਕਿਸੇ ਨੇ ਬਾਂਹ ਨਹੀਂ ਫੜੀ, ਉਦੋਂ ਸਾਰੇ ਕੰਨਾਂ ਤੇ ਹੱਥ ਧਰ ਲੈਂਦੇ ਆ। ਘੱਟੋ ਘੱਟ ਕਿਸਾਨਾਂ ਦਾ ਦਰਦ ਤਾਂ ਸੁਣ ਲਿਆ ਕਰੋ। ਕਿਸਾਨ ਕਿਤੇ ਬਾਹਰਲੇ ਮੁਲਕ ਚੋਂ ਤਾਂ ਨਹੀਂ ਆਏ, ਉਹ ਪੰਜਾਬ ਦੇ ਹੀ ਲੋਕ ਨੇ। ਤੁਹਾਡਾ ਢਿੱਡ ਭਰਨ ਦਾ ਕੰਮ ਕਰਦੇ ਆ, ਸਰਕਾਰ ਦਾ ਢਿੱਡ ਭਰਨ ਦਾ ਕੰਮ ਕਰਦੇ ਆ, ਤੇ ਫਿਰ ਵੀ ਹਰ ਰੋਜ਼ ਕਿਸਾਨਾਂ ਦੇ ਉੱਤੇ ਨਵੀਂ ਚੂੜੀ ਕੱਸ ਦੇਣੀ, ਹਰ ਰੋਜ਼ ਕਿਸਾਨਾਂ ਦੇ ਉੱਤੇ ਨਵੀਂ ਚੂੜੀ ਕੱਸ ਦੇਣੀ, ਇਹ ਉਚਿਤ ਨਹੀਂ ਹੈ। ਘੱਟੋ ਘੱਟ ਅਗਰ ਤੁਸੀਂ ਇੰਨਾ ਕੁ ਅਲਾਓ ਕਰਦੇ ਹੋ ਕਿ ਕਿਸਾਨ ਲਾਈਨਾਂ ਲਾਈਨਾਂ ਸਾੜ ਲੈਣ, ਮੇਰਾ ਖਿਆਲ ਆ ਉਹਦੇ ਨਾਲ 100% ਮਸਲਾ ਹੱਲ ਹੁੰਦਾ ਹੈ। ਕਿਉਂਕਿ ਜਿਹੜੀ ਲਾਈਨਾਂ ਦੇ ਉੱਪਰ ਉੱਪਰ ਪਰਾਲੀ ਪੈਂਦੇ ਸੀ, ਪਿਛਲੀ ਵਾਰੀ ਵੀ ਸਰਕਾਰ ਨੂੰ ਇਹ ਰਿਕੁਐਸਟ ਕਰਕੇ ਗਏ ਸੀ ਕਿ ਕਿਸਾਨਾਂ ਨੂੰ ਇੰਨਾ ਕੁ ਤਾਂ ਕਰਨ ਦਿਓ, ਉਹਦੇ ਨਾਲ ਦੋਨੋਂ ਕੰਮ ਹੋ ਜਾਂਦੇ ਆ। ਐਕਸਟਰਾ ਪਰਾਲੀ ਵੀ ਸੜ ਜਾਂਦੀ ਹੈ ਪੋਲੀ ਪੋਲੀ ਉੱਪਰੋਂ ਪਈ, ਜਿਹਦੇ ਨਾਲ ਧੂੰਆਂ ਬਿਲਕੁਲ ਨਹੀਂ ਹੁੰਦਾ, ਔਰ ਨਾਲ ਦੀ ਨਾਲ ਉਹ ਜਿਹੜੀ ਜ਼ਮੀਨ ਦੇ ਵਿੱਚ ਫਸਲ ਦੇ ਝੋਨੇ ਦੇ ਮੁੱਢ 'ਚ ਉੱਲੀ ਦੀ ਬਿਮਾਰੀ ਆਈ ਹੁੰਦੀ ਆ, ਉਹ ਵੀ ਉਸ ਗਰਮੀ ਨਾਲ ਉਸ ਸੇਕ ਨਾਲ ਖਤਮ ਹੋ ਜਾਂਦੀ ਆ। ਔਰ ਖੇਤ ਵਾਸਤੇ ਉਹ ਬਾਕੀ ਬਚੇ ਕਰਚੇ ਉਹਦੇ ਲਈ ਤਾਕਤ ਦਾ ਸਾਧਨ ਵੀ ਬਣ ਜਾਂਦੇ ਨੇ। ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਕਿਸਾਨਾਂ ਦਾ ਦਰਦ ਪਹਿਚਾਣੋ, ਕਿਸਾਨਾਂ ਦਾ ਦਰਦ ਵੀ ਸੁਣੋ, ਤਾਂ ਕਿ ਕਿਸਾਨਾਂ ਦੇ ਨਾਲ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਨਫਲਿਕਟ ਨਾ ਹੋਏ। ਕਿਸਾਨ ਕਤਾ ਹੀ ਨਹੀਂ ਚਾਹੁੰਦੇ ਕਿ ਅਸੀਂ ਸਰਕਾਰ ਨਾਲ ਝਗੜਾ ਕਰੀਏ ਜਾਂ ਲੜੀਏ, ਲੇਕਿਨ ਮਜਬੂਰੀਆਂ ਬਣਦੀਆਂ ਨੇ ਜਦੋਂ ਸਾਡੀ ਕੋਈ ਸੁਣਦਾ ਹੀ ਨਹੀਂ। ਐਨ ਜੀ ਟੀ